ਭਾਈ ਸੁਣਾਓ, ਕੀ ਹਾਲ ਚਾਲ ਹੈ? ਘਰ ਬਾਰ ਠੀਕ ਹੈ? ਬਸ ਪਰੇਸ਼ਾਨੀਆਂ ਨੇ, ਕੁਝ ਛੋਟੀਆਂ ਮੋਟੀਆਂ। ਕੀ ਕਰੀਏ ਹੁਣ, ਕਿਹਨੂੰ ਦੱਸੀਏ ਜਾ? ਕਿਆ ਹੋਇਆ? ਛੱਡ ਦਿਓ, ਜੋ ਵੀ ਹੋਇਆ ਬਸ ਜਿੰਨੇ ਨਾਲ ਆਉਂਦੀ ਉਹੀ ਜਾਣਦਾ ਬੋਸ। ਭੁੱਖ ਲੱਗ ਗਈ ਯਾਰ, ਮੈਨੂੰ ਤੇ ਬੜੀ ਭੁੱਖ ਲੱਗ ਗਈ। ਭੁੱਖ ਲੱਗੀ ਰੋਟੀ ਖਾ ਲਈਏ? ਫਿਰ ਖਾ ਲਓ ਯਾਰ, ਮੈਂ ਤੇ ਕਹਿੰਦਾ ਹੈਲੋ ਕੰਮ ਕਰੋ ਯਾਰ, ਫਿਰ ਰੋਟੀ ਖੋਲ ਕੇ ਬਹਿ ਗਏ ਤੁਸੀਂ। ਰੋਟੀ ਖਾ ਲੈਣਾ, ਪੈਸੇ ਲੈਣੇ ਨੇ ਤੁਸੀਂ ਕੰਮ ਦੇ। ਸੁਬਹ ਦਾ ਨਾਸ਼ਤਾ ਕੀਤਾ, ਕੰਮ ਕਰੋ ਨਾ, ਰੋਟੀ ਬਾਅਦ ਚੋ ਖਾ ਲੈਣਾ, ਇੰਨਾ ਟਾਈਮ ਨੀ ਹੈਗਾ, ਜਲਦੀ ਕਰੋ। ਬੋਲ ਜੀ ਰੋਟੀ ਖਾ ਲੈਂਦੇ ਬਈ, ਕੰਮ ਕਰੋ, ਰੋਟੀ ਬਾਅਦ ਚੋ ਖਾ ਲੈਣਾ ਯਾਰ। ਰੱਖ ਦੋ ਮੁਲਾਜ਼ਮਤ ਨਾ ਕਿਸੇ ਕੋਲੋਂ ਵੀ ਕਰਾਵੇਗਾ। ਆਮੀਨ। ਅੱਲਾ ਹਰ ਬੰਦੇ ਨੂੰ ਆਪਣਾ ਕਾਰੋਬਾਰ ਦੇਵੇ। ਕਰ ਦੋ ਸੈਟਿੰਗ ਜਾਨ ਭਾਈ, ਕਰੋ ਸੈਟਿੰਗ। ਜਾਨ ਜੀ ਭਾਈ, ਭੁੱਖ ਲੱਗ ਗਈ ਯਾਰ, ਭੁੱਖ ਬੜੀ ਲੱਗੀ ਹੈ। ਹੁਣ ਬੋਸ ਦੀ ਮਰਜ਼ੀ, ਰੋਟੀ ਨਹੀਂ ਖਾਣ ਦੇ ਰਹੇ। ਖੋਲ ਤੇ ਸਹੀ ਵੇਖਦੇ ਹਾਂ ਕੀ ਕਹਿੰਦੇ ਨੇ। ਰੋਟੀ ਖਾਈਏ ਆਪਾਂ, ਫਿਰ ਕੰਮ ਕਰਾਂਗੇ ਨਾ ਸਕੂਨ ਨਾਲ। ਤੈਨੂੰ ਪਤਾ ਫਿਰ ਸ਼ਾਮ ਨੂੰ ਰਸ਼ ਪੈ ਜਾਂਦਾ, ਫਿਰ ਇਸ ਟਾਈਮ ਰੋਟੀ ਖਾਣ ਨਹੀਂ ਦਿੰਦੇ, ਤੇ ਬਾਅਦ ਚੋ ਜਿਹੜਾ ਨਾ ਫਿਰ ਕੰਮ ਵੀ ਨਹੀਂ ਆਉਂਦਾ ਯਾਰ, ਬੜੀ ਭੁੱਖ ਲੱਗੀ। ਤੁਸੀਂ ਫੇਰ ਰੋਟੀ ਖੋਲ ਲਈ ਏ? ਕੰਮ ਰੋਟੀ ਸੈਟਿੰਗ ਕਰੋ, ਸਾਰੇ ਲੈ ਕੇ ਬਾਹਰ ਯਾਰ, ਰੋਟੀ ਤੋਂ ਬਗੈਰ। ਹਲੇ 4:30 ਦੇ ਹੋਏ ਨੇ, ਤੁਹਾਨੂੰ ਫਿਰ ਭੁੱਖ ਲੱਗ ਗਈ? 4:30 ਵੀ ਭੁੱਖ ਲੱਗ ਗਈ? 9 ਵਜੇ ਦਾ ਨਾਸ਼ਤਾ ਕੀਤਾ। ਕੋਈ ਗੱਲ ਨਹੀਂ, 9 ਵਜੇ ਦਾ ਨਾਸ਼ਤਾ ਕੀਤਾ, ਕੰਮ ਕਰੋ ਪਹਿਲੇ। ਜੀ ਅਸੀਂ ਖਾਣਾ ਖਾ ਲਾਂਗੇ। ਕੰਮ ਕਰੋ ਪਹਿਲੇ, 4:30 ਦੇ ਹੋਏ ਨੇ। ਕੋਈ ਗੱਲ ਨਹੀਂ ਯਾਰ, ਅੱਲਾ ਦਾ ਕਰਮ ਹੈ, ਬਸ ਕਰ ਹੀ ਯਾਰ ਕੰਮ। ਬਸ ਹੁਣ ਕਿਹੜੇ ਪਾਸੇ ਜਾਈਏ? ਹੋਇਆ ਕੀ ਨਾਨੀ ਬਈ? ਬਸ ਜੀ ਅੱਜ ਬੜੇ ਪਰੇਸ਼ਾਨ ਹੈਗੇ ਯਾਰ। ਤੇਰੇ ਨਾਲ ਇੱਕ ਗੱਲ ਕਰਨੀ ਸੀ। ਕੀ ਆ? ਤੇ ਬੋਸ ਕੋਲੋਂ ਤਨਖਾਹ ਚਾਹੀਦੀ, ਤੂੰ ਦੱਸ ਮੰਗ ਲਵਾਂ। ਬੋਸ ਮੈਨੂੰ ਅੱਜ ਬੜੇ ਗੁੱਸੇ 'ਚ ਲੱਗ ਰਹੇ ਨੇ। ਬੋਸ ਅੱਜ ਰੋਟੀ ਵੀ ਨਹੀਂ ਖਾਣ ਦੇ ਰਹੇ, ਹੁਣ ਪਤਾ ਨਹੀਂ ਕੀ ਕਹਿੰਦੇ ਨੇ। ਇਹਨਾਂ ਨੂੰ ਕਿਹਾ ਜ਼ਰਾ ਮੈਨੂੰ ਤਨਖਾਹ ਚਾਹੀਦੀ, ਕਾਰ ਚਾਹੀਦੀ, ਉਹਨਾਂ ਨੂੰ ਥੋੜ੍ਹਾ ਕਿਹਾ ਤੇ ਤੈਨੂੰ ਦੇ ਦੇਣਗੇ। ਨਹੀਂ ਮੈਨੂੰ ਡਰ ਵੀ ਲੱਗਦਾ ਕਿ ਮੈਂ ਕਹਾਂ ਤੇ ਉਹ ਗੁੱਸਾ ਨਾ ਕਿਤੇ ਕਰ ਜਾਣ। ਹਾਂਜੀ ਤਨਖਾਹ ਚਾਹੀਦੀ ਬੋਸ ਜੀ। ਯਾਰ ਇਹਨੇ ਪਿਛਲੇ ਹਫ਼ਤੇ ਤੁਹਾਨੂੰ ਤਨਖਾਹ ਦਿੱਤੀ ਹੈ, 1,50,000 ਰੁਪਏ ਤੈਨੂੰ ਐਡਵਾਂਸ ਦੇ ਦਿੱਤਾ, ਕੀ ਲੈਣਾ ਸਾਡੇ ਕੋਲ? ਬੋਸ ਜੀ ਬੱਚੇ ਭੁੱਖੇ ਨੇ। ਬੱਚੇ ਭੁੱਖੇ ਨੇ ਮੈਂ ਕੀ ਕਰਾਂ, ਮਰਦੇ ਪਏ ਨੇ, ਮਰ ਜਾਣੇ। ਬੋਸ ਜੀ ਤਨਖਾਹ ਚਾਹੀਦੀ ਹੈ ਬੋਸ ਜੀ। ਤੈਨੂੰ ਪਿਛਲੇ ਮਹੀਨੇ ਰਾਸ਼ਨ ਪਾ ਕੇ ਦਿੱਤਾ, 1,50,000 ਰੁਪਇਆ ਦਿੱਤਾ, ਜੂਆ ਖੇਡ ਲੈ। ਨਹੀਂ ਬੋਸ ਜੀ ਰਾਸ਼ਨ ਲੈਣਾ ਨਹੀਂ ਹੈ ਤਨਖਾਹ। ਚਲੋ ਕੰਮ ਕਰੋ ਬੋਸ ਜੀ, ਤੁਹਾਡੀ ਮਿਹਰਬਾਨੀ। ਨਹੀਂ ਹੈ ਤਨਖਾਹ, ਕਿੱਥੋਂ ਦੇਵਾਂ? ਜੂਆ ਖੇਡ ਲੈ ਜਿਹੜੇ ਇੰਨੇ ਇੰਨੇ ਪੈਸੇ ਲੈ ਜਾਂਦੇ। ਕੰਮ ਕਰੋ ਜਾ ਕੇ ਆਪਣਾ, ਠੀਕ ਹੈ ਬੋਸ। ਮੈਂ ਤੈਨੂੰ ਜੋ ਕਿਹਾ ਸੀ ਉਹੀ ਹੋਇਆ, ਬੋਸ ਨੇ ਪੈਸੇ ਨਹੀਂ ਦਿੱਤੇ। ਨਹੀਂ ਦਿੱਤੇ? ਨਹੀਂ ਯਾਰ, ਉਹਨਾਂ ਨੂੰ ਦੇ ਦੇਣੇ ਚਾਹੀਦੇ ਸੀ ਉਹਨਾਂ ਨੂੰ। ਦੱਸ ਹੁਣ ਅਸੀਂ ਕਿਹਨੂੰ ਕਹੀਏ? ਅੱਲਾ ਪਾ ਕਦੀ ਕਿਸੇ ਨੂੰ ਕਿਸੇ ਕੋਲੋਂ ਤੇ ਕਰਮ ਰੱਖ, ਅੱਲਾ ਪਾ ਦੇ ਯਕੀਨ ਰੱਖ, ਅੱਲਾ ਪਾ ਤੇ ਕਰਮ ਕਰਿਆ, ਕੋਈ ਗੱਲ ਨਹੀਂ, ਤੈਨੂੰ ਮੈਂ ਮਿਲ ਜਾਣਗੇ ਪੈਸੇ, ਤੂੰ ਆਪਣਾ ਕੰਮ ਕਰ ਲੈ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਈਆ ਨੇ ਇਹ ਸ਼ਰਟ ਦੀ ਹੋਈ ਇਹ ਵਾਲੀ ਦੀ ਬੜੇ ਪਰੇਸ਼ਾਨ ਲੱਗ ਰਹੇ ਹਾਂ। ਛੋੜੇ ਆਪ ਸ਼ਰਟ ਪਸੰਦ ਕਰ ਰਹੇ, ਪਰੇਸ਼ਾਨੀ ਮੇਰੀ ਛੋੜੇ ਆ। ਕਿਆ ਪ੍ਰਾਈਜ਼ ਹੈ ਇਸਕੀ? 1,000 ਪੈਕ ਕਰੇ। ਇਹ ਆਪਕੀ ਸ਼ਰਟ ਕੀ ਪੇਮੈਂਟ ਆ? ਨਹੀਂ ਭਾਈ, ਇਹ ਆਪਕਾ ਹੀ ਨਾਮ ਹੈ, ਰੱਖ ਲਓ ਇਸ। ਕੁਛ ਨਹੀਂ ਸਰ, ਥੈਂਕ ਯੂ ਸਰ। ਕੁਛ ਨਹੀਂ, ਦੇਖਾ ਉਹਨਾਂ ਨੇ ਕਿਹਾ ਹੋਇਆ ਸਾ, ਅੱਲਾ ਨੇ ਫਰਿਸ਼ਤਾ ਆ ਗਿਆ, ਅੱਲਾ ਬਾਹਰ ਨੇ ਤੁਹਾਡੀ ਸੁਣ ਲਈ ਆ, ਬਸ ਯਕੀਨ ਰੱਖੋ ਅੱਲਾ ਨੇ ਬਾਹਰ ਨੇ ਆਪਕੋ ਦੇ ਦਿਆ। ਦੋਸਤ ਭਾਈਓ ਔਰ ਬਹਿਨੋ ਕੋ ਮੈਸੇਜ ਦੇਣਾ ਚਾਹਤਾ ਹੂੰ ਕਿ ਕਭੀ ਵੀ ਆਪਨੇ ਮਾਯੂਸੀ ਫੀਲ ਨਹੀਂ ਕਰਨੀ। ਅੱਲਾ ਪਾਕ ਕਹੀਂ ਨਾ ਕਹੀਂ ਕਿਸੀ ਵੀ ਬਹਾਨੇ ਸੇ ਜਾਂ ਜੋ ਵੀ ਮਾਮਲਾ ਬਣਤੇ ਹੈ ਇਨਸਾਨ ਕੀ ਗੈਬੀ ਮਦਦ ਵੀ ਕਰਤਾ ਹੈ। ਇਹ ਹਮਨੇ ਇਸ ਲਈ ਛੋਟਾ ਸਾ ਕਲਿਪ ਬਣਾਇਆ ਕਿ ਸਭ ਦੋਸਤੋ ਕੋ ਬਤਾਇਆ ਜਾਏ ਕਿ ਉਮੀਦ ਪੇ ਦੁਨੀਆ ਕਾਇਮ ਹੈ ਇਨਸ਼ਾਅੱਲਾ। ਚੈਨਲ ਕੋ ਸਬਸਕ੍ਰਾਈਬ ਕਰੇ, ਲਾਈਕ ਕਰੇ, ਬੈਲ ਲਾਈਕ ਕਰੇ।